साढ़े पिंड ने धैया किया सी भी नहीं मुसलमान मार देना, मुसलमान अगे आ सिख अगे सिखां दा करन वास्ते मुकाबला। ਤੁਹਾਡੇ ਪਿੰਡ ਵਾਲੇ? ਸਾਡੇ ਪਿੰਡ ਵਾਲੇ ਸਿੱਖ। ਵਾਹ ਜੀ, ਬੜੇ ਬੰਦੇ ਚੰਗੇ ਸੀ। ਬੜੇ ਚੰਗੇ ਸਨ ਤੇ ਮਗਰ ਮੁਸਲਮਾਨ ਹਕੀਕਤ ਜਿਹੜੀ ਹੋਈ ਉਹ ਦੱਸਦੇ ਆ। ਨਹੀਂ ਦੱਸੋ ਦੱਸੋ। ਮੇਰੀ ਦਾਦੀ ਜਿੰਦੀ ਸੀ, ਮੇਰਾ ਵਾਲਦ ਸਲਾਮ ਕਰਕੇ ਟੁੱਟਿਆ ਸੀ ਦਾਦੀ ਨੂੰ। ਅੱਛਾ, ਵੇਖਾ ਦੇ ਮੋੜਨਾ ਕਿ ਨਹੀਂ। ਮਗਰ ਮੈਂ ਵੀ ਟੁੱਟ ਪਿਆ। ਅੱਛਾ, ਮਗਰ ਸਿੱਖੜੀਆਂ ਖਲੋਤੀਆਂ, ਸਿੱਖੜੀਆਂ ਦੀਆਂ ਅਸੀਂ ਪਹਿਲੇ ਰੰਡੀਆਂ ਹੋਣਾ, ਅਸੀਂ ਮੁਸਲਮਾਨੀ ਨੂੰ ਪਹਿਲੇ ਰੰਡੀਆਂ ਹੋਣਾ। ਸਿੱਖ ਆਖਣ ਸਾਲਿਓ, ਇਹ ਤਾਂ ਮੁਸਲਮਾਨਾਂ ਨੂੰ ਮਾਰ ਕੇ ਆਖਣਗੇ ਅਸੀਂ ਲੰਗੀਆਂ ਦੀਆਂ ਧੀਆਂ ਲਿਆਏ ਆ, ਅਸੀਂ ਤਾਂ ਲੰਗੀਆਂ ਦੀਆਂ ਧੀਆਂ ਲਿਆਏ ਆ। ਉਹ ਤਫਸੀਰ ਨਾਲ ਮੋੜ ਤੇ ਲੜਾਈ ਨੀ ਹੋਈ ਫਿਰ ਸੱਤਾ ਪਿੰਡਾਂ ਨਾਲ। ਉਹਨਾਂ ਨੇ ਮੋੜ ਤੇ ਉਹ ਆਖਾਂਗੇ ਅਸੀਂ ਪਹਿਲਾਂ ਮਰਾਂਗੇ। ਢਾਈ ਮਹੀਨੇ ਬੈਠੇ ਰਹੇ ਆ ਮਾਲ ਡੰਗਰ ਪੱਠਾ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਲੈ ਕੇ। ਵੀਰੋ, ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 185 ਵੀ, ਤਹਿਸੀਲ ਬੁਰੇਵਾਲਾ, ਜ਼ਿਲ੍ਹਾ ਵਿਹਾੜੀ, ਗੱਗੋ ਮੰਡੀ। ਵੀਰੋ, 1947 ਦੇ ਜੋ ਉਜਾੜੇ ਸੀ ਉਹ ਬਹੁਤ ਹੀ ਦੁੱਖ ਭਰੇ ਸੀ। ਸਾਡੇ ਬਜ਼ੁਰਗਾਂ ਨੇ ਆਪਣੇ ਪਿੰਡੇ 'ਤੇ ਉਹ ਦੁੱਖ ਜਿਵੇਂ ਹੰਢਾਇਆ, ਉਹਨਾਂ ਨਾਲ ਕੀ ਭਾਣਾ ਵਰਤਿਆ। ਉਹਨਾਂ 'ਚੋਂ ਹੀ ਇੱਕ ਬਜ਼ੁਰਗ ਬਾਬਾ ਮੇਹਰਦੀਨ, ਜਿਨ੍ਹਾਂ ਦਾ ਪਿਛੋਕੜ ਵਾਲਾ ਪਿੰਡ ਸੀ ਨਵਾਂ ਲੰਗਿਆਣਾ, ਤਹਿਸੀਲ ਮੋਗਾ, ਜ਼ਿਲ੍ਹਾ ਫਿਰੋਜ਼ਪੁਰ। ਆਓ ਵੀਰੋ ਆਪਾਂ ਪੁੱਛਦੇ ਹਾਂ ਬਾਬਾ, ਥਾਣਾ ਬਾਘੇ ਵਾਲਾ। ਆਓ ਵੀਰੋ ਪੁੱਛਦੇ ਹਾਂ ਆਪਾਂ ਬਾਬਾ ਮੇਹਰਦੀਨ ਹੋਰਾਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਉਹ ਦਿਨ ਜਿਹੜੇ ਉਹਨਾਂ ਨੇ ਉੱਥੇ ਬਿਤਾਏ, ਕਿੰਨੀ ਉਮਰ ਸੀ ਔਰ ਕੀ ਕਰਦੇ ਹੁੰਦੇ ਸੀ ਉਸ ਵੇਲੇ ਉੱਥੇ ਇਹ, ਔਰ ਇਹਨਾਂ ਦਾ ਪਿੰਡ, ਸਭ ਗੱਲਾਂ ਬਾਤਾਂ ਕਰਾਂਗੇ ਆਪਾਂ ਬਾਬਾ ਮੇਹਰਦੀਨ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਮੇਹਰਦੀਨ ਜੀ। ਤੁਹਾਡੇ ਅੱਬਾ ਜੀ ਦਾ ਨਾਂ? ਵਹਾਬਦੀਨ। ਵਹਾਬਦੀਨ। ਤੇ ਦਾਦੇ ਦਾ ਨਾਂ ਕੀ ਸੀ? ਈਦ ਮੰਮਾ ਦਾ। ਈਦ ਮੰਮਾ। ਬਾਬਾ ਜੀ 1947 ਦੇ ਜੋ ਉਜਾੜੇ ਨੇ ਜੀ, ਉਹ ਤੁਸੀਂ ਵੇਖੇ ਆਪਣੀ ਅੱਖਾਂ ਨਾਲ? ਹਾਂਜੀ ਵੇਖੇ ਆ। ਹੁਣ ਸਾਨੂੰ ਸਾਰਿਆਂ ਤੋਂ ਪਹਿਲਾਂ ਹੀ ਦੱਸਿਓ। ਹਾਂਜੀ। ਉਦੋਂ ਤੁਹਾਡੀ ਉੱਥੇ ਉਮਰ ਕਿੰਨੀ ਸੀ? 12-13 ਸਾਲ ਸੀ। 12-13 ਸਾਲ। ਬਾਬਾ ਜੀ ਤੁਹਾਡਾ ਪਿੰਡ ਕਿਹੜਾ ਸੀ ਉੱਧਰ? ਲੰਗਿਆਣਾ, ਮਾਘੀ ਸ਼ਾਲਾ। ਲੰਗਿਆਣਾ ਮਾਘੀ ਸ਼ਾਲਾ? ਮਾਘੀ ਮਾਘੀ ਸ਼ਾਲਾ। ਇਹਨੂੰ ਨਵਾਂ ਵੀ ਕਹਿੰਦੇ ਸੀ? ਆਹੋ, ਦੋ ਲੰਗਿਆਣੇ ਸਨ, ਇੱਕ ਪੁਰਾਣਾ ਲੰਗਿਆਣਾ, ਇੱਕ ਨਵਾਂ ਲੰਗਿਆਣਾ। ਅੱਛਾ ਅੱਛਾ। ਤੁਹਾਡਾ ਨਵਾਂ ਲੰਗਿਆਣਾ? ਨਵਾਂ ਲੰਗਿਆਣਾ ਸੀ, ਮਾਘੀ ਸ਼ਾਲਾ। ਅੱਛਾ ਅੱਛਾ। ਹਾਂਜੀ। ਤਹਿਸੀਲ ਤੁਹਾਡੀ? ਮੋਗਾ। ਜ਼ਿਲ੍ਹਾ? ਫਿਰੋਜ਼ਪੁਰ। ਤੇ ਥਾਣਾ? ਬਾਘੇ ਵਾਲਾ। ਥਾਣਾ ਬਾਘੇ ਵਾਲਾ। ਬਾਬਾ ਜੀ ਹੁਣ ਸਾਨੂੰ ਇਹ ਦੱਸਿਓ ਵੀ ਉੱਥੇ ਤੁਹਾਡੇ ਲਾਗੇ ਲਾਗੇ ਪਿੰਡ ਕਿਹੜੇ ਸੀ? ਰੋਡੇ, ਲੰਡੇ, ਪਲੂਰ, ਲੰਗਿਆਣਾ, ਆਲਮ ਵਾਲਾ। ਆਲਮ ਵਾਲਾ। ਤੇ ਹੋਰ ਜਿਹੜਾ ਕਹਿੰਦੇ ਸੀ ਪਿੱਛੇ ਪਿੰਡ ਸੀ ਜਿਹੜਾ ਤੁਹਾਡੇ ਨਾਲ? ਜੈਮਲ ਵਾਲਾ। ਜੈਲਮ ਵਾਲਾ। ਜੈਮਲ ਵਾਲਾ। ਤੇ ਬਾਬਾ ਜੀ ਹੁਣ ਸਾਨੂੰ ਇਹ ਦੱਸਿਓ। ਹਾਂਜੀ। ਜਿਹੜਾ ਤੁਹਾਡਾ ਪਿੰਡ ਸੀ? ਹਾਂਜੀ। ਇਹ ਉਸ ਵੇਲੇ ਕਿੱਦਾਂ ਦਾ ਪਿੰਡ ਸੀ? ਲੋਕਾਂ ਦਾ ਰਹਿਣ ਸਹਿਣ ਕਿਵੇਂ ਸੀ ਉਸ ਵੇਲੇ ਉਸ ਪਿੰਡ 'ਚ? ਠੀਕ ਠਾਕ। ਮੈਂ ਤੇਰੇ ਨਾਲ ਗੱਲ ਕਰ ਲਾ। ਹਾਂਜੀ ਹਾਂਜੀ ਕਰੋ, ਮੇਰੇ ਨਾਲ ਹੀ ਕਰੋ ਸੀ। ਠੀਕ ਠਾਕ ਹੈਗਾ ਸੀ ਆਪਣਾ, ਐਂ ਬਿਲਕੁਲ ਬੋਲਿਓ। ਖੁਸ਼ਹਾਲ ਵੱਸਦੇ ਸਾਂ। ਅੱਛਾ ਅੱਛਾ। ਠੀਕ ਠਾਕ ਖੁਸ਼ਹਾਲ ਖੁਸ਼ਹਾਲ ਵੱਸਦੇ ਸਾਂ। ਘਰ ਪੱਕੇ ਸੀ ਕੱਚੇ ਸੀ? ਘਰ ਉਸ ਵੇਲੇ ਕੱਚੇ ਹੀ ਹੁੰਦੇ ਸਨ, ਔਰ ਰਕਬੇ ਸਾਡੇ ਆਪਣੇ ਹੈਗੇ ਸੀ, ਵਾਹੁੰਦੇ ਸਾਂ, ਮਾਲ ਡੰਗਰ ਪਾਲਦੇ ਸਾਂ, ਸਭ ਕੁਝ ਕਰਦੇ ਸਾਂ। ਅੱਛਾ ਅੱਛਾ। ਹਾਂਜੀ। ਪਿੰਡ 'ਚ ਤੁਹਾਡੇ ਖੂਹ ਹੈਗਾ ਸੀ? ਖੂਹ ਸਾਡਾ ਖੁਦ ਵੀ ਹੈਗਾ ਸੀ। ਅੱਛਾ ਅੱਛਾ। ਹੋਰ ਵੀ ਖੂਹ ਬੜੇ ਸੀ, ਖੂਹਾਂ ਦੀ ਵਾਹੀ, ਨਹਿਰੀ ਥੋੜਾ ਪਾਣੀ ਸੀ ਤੇ ਇਹਨੂੰ ਚਾਈ ਬੋਲਦੇ ਸਨ। ਹਾਂ, ਚਾਈ ਖੂਹ ਨੂੰ, ਸਾਡਾ ਆਪਣਾ ਵੀ ਖੁਦ ਖੂਹ ਹੈਗਾ ਸੀ ਤੇ ਬਰਾਨੀ ਇਲਾਕਾ ਵੀ ਬੜਾ ਸੀ। ਸਾਡਾ ਆਪਣਾ ਖੂਹ ਤੇ ਤੋਤੀ ਦਾ ਖੂਹ, ਸਿੱਖ ਤੋਤੀ। ਪਿੰਡ 'ਚ ਵੀ ਖੂਹ ਹੈ ਸੀ ਕੋਈ? ਪਿੰਡ ਦੇ 'ਚ ਖਾਰਾ ਖੂਹ ਹੈਗਾ ਸੀ ਸੜਕ ਦੇ ਉੱਤੇ,
ਜਿਹੜਾ ਪਾਣੀ ਆਮ ਭਰਦੇ ਸੀ ਲੋਕੀ, ਸਿੱਖ ਵੀ ਹਿੰਦੂ ਵੀ ਸਾਰੇ ਚੂੜੇ ਚਮਿਆਰ ਸਾਰੇ ਉਸੇ ਖੂਹ ਤੋਂ ਪਾਣੀ ਭਰਦੇ, ਉਸੇ ਖੂਹ ਤੋਂ ਡੋਲ ਨਾਲ ਪਾਣੀ ਭਰਦੇ ਸਨ। ਅੱਛਾ ਅੱਛਾ ਹਾਂਜੀ। ਤੁਹਾਡੇ ਪਿੰਡ ਮੁਸਲਮਾਨਾਂ ਦੀਆਂ ਕਿਹੜੀਆਂ ਕਿਹੜੀਆਂ ਬਰਾਦਰੀਆਂ? ਜਲਾਇ ਬਰਾਦਰੀ, ਮਲਕ ਬਰਾਦਰੀ, ਜੱਟ ਘਰ, ਜੱਟਾਂ ਦੇ ਵੀ ਘਰ ਹੈਗੇ ਸੀ ਜੱਟ ਮੁਸਲਮਾਨ। ਹਾਂ ਜੱਟ ਮੁਸਲਮਾਨ ਤੇ ਮਾਛੀਆਂ ਦੇ ਵੀ। 750 ਜੀ ਸਾਡਾ ਕੁੱਲ ਮੁਸਲਮਾਨਾਂ ਦਾ ਪਿੰਡ ਦੇ ਵਿੱਚ, ਪਿੰਡ ਬਹੁਤ ਵੱਡੇ ਹੁੰਦੇ ਸਨ। ਹਾਂਜੀ। ਸਕੂਲ ਹੈ ਸੀ ਤੁਹਾਡੇ ਪਿੰਡ? ਸਾਡੇ ਪਿੰਡ ਸਕੂਲ ਹੈ ਨਹੀਂ ਸੀ। ਸਾਡੇ ਉਹ ਪੱਕੀ ਦੇ ਉੱਤੇ ਦਰਮਿਆਨ ਦੇ ਵਿੱਚ ਲਗਾਇਆ ਸੀ। ਕਿੱਧਰ ਨੂੰ ਜਾਂਦੇ ਸੀ? ਜਦੋਂ ਬਾਗੇ ਵਾਲੇ ਥਾਣੇ ਨੂੰ ਜਾਂਦੇ ਸੀ ਨਗਾਇਆ ਤੇ ਉੱਥੇ ਮੇਲਾ ਲੱਗਦਾ ਸੀ ਉਹਨਾਂ ਸਿੱਖਾਂ ਦਾ। ਅੱਛਾ ਅੱਛਾ ਹਾਂਜੀ ਸਹੀ ਸਹੀ। ਤੇ ਤੁਹਾਡਾ ਘਰ ਪਿੰਡ ਕਿੱਥੇ ਹੀ ਸੀ? ਸਾਡਾ ਘਰ ਜਿਹੜਾ ਖਾਰਾ ਖੂਹ ਲੱਗਾ ਸੀ ਨਾ, ਉਸ ਤੋਂ ਸਿੱਧਾ ਹੀ ਨੇੜੇ ਹੀ ਹੈਗਾ ਸੀ, 2 ਕਿੱਲਿਆਂ ਤੇ। ਅੱਛਾ ਅੱਛਾ ਹਾਂਜੀ, ਬਸ 2 ਕਿੱਲਿਆਂ ਤੇ ਖੂਹ। ਆਹ ਹੋਰ ਮੁਸਲਮਾਨਾਂ ਦਾ ਸਿੱਖਾਂ ਦਾ ਉਸ ਵੇਲੇ ਪਿਆਰ ਮੁਹੱਬਤ ਕਿਵੇਂ ਸੀ ਵੰਡ ਤੋਂ ਪਹਿਲਾਂ? ਮੈਂ ਕਿਹਾ ਜੀ, ਵੰਡ ਵਿਹਾਰ ਤੋਂ ਪਹਿਲਾਂ ਬਿਲਕੁਲ ਭੈਣਾਂ ਭਰਾਵਾਂ ਤਰ੍ਹਾਂ ਵਸਦੇ ਸਨ। ਅੱਛਾ ਅੱਛਾ ਹੁਣ ਮੈਂ ਸਟੋਰੀ ਦੱਸਣ ਲੱਗਾ ਤੈਨੂੰ, ਉਹ ਜਿਹੜੀ ਪਹਿਲਾਂ ਦੱਸਿਆ ਉਹ ਮੈਂ ਤੁਹਾਨੂੰ ਪੁੱਛਾਂਗਾ ਅੱਗੇ। ਅੱਛਾ, ਇਹ ਬਿਲਕੁਲ ਅਸੀਂ ਐਂ ਖੈਰੀ ਮੇਰੀ ਵਸਦੇ ਭੈਣਾਂ ਭਰਾਵਾਂ ਤਰ੍ਹਾਂ, ਇੱਕ ਦੂਜੇ ਜੀਦ ਕਰਦੇ ਸਾਂ। ਹੁਣ ਤੁਹਾਨੂੰ ਇਹ ਦੱਸੋ ਕੋਈ ਨਾਂ ਚੇਤੇ ਹੈਗੇ ਨੇ ਸਿੱਖਾਂ ਚੋਂ ਜਿਹੜੇ ਤੁਹਾਡੇ ਨਾਲ ਪਿੰਡ ਰਹਿੰਦੇ ਹੁੰਦੇ? ਇੰਦਰ। ਹਾਂ ਹਾਂ ਇੰਦਰ ਨਰਾਣਾ ਨੰਬਰਦਾਰ। ਤੁਹਾਡੇ ਨਾਲ ਘਰ ਕਿਹਨਾਂ ਦੇ ਜੀ? ਸਾਡੇ ਘਰ ਬਹੁਤੇ ਸੀ, ਸਾਡੇ ਸਾਡੇ ਆਪਣੇ ਵਿੱਚ ਹੈਗੇ ਸੀ ਬਾਹਮਣ। ਬਾਹਮਣਾਂ ਚੋਂ ਨਾਂ ਚੇਤੇ ਕਿਸੇ ਦਾ? ਕਾਕਾ ਮਹਾਜਨ। ਕਾਕਾ ਮਹਾਜਨ ਹਾਂਜੀ। ਹੋਰ ਹੋਰ ਕਿਸੇ ਦਾ ਨਾਂ ਲਓ? ਹੁਣ ਕਿਹਦਾ ਨਾਂ ਲਿਆ ਸੀ ਤੁਸੀਂ? ਮੱਸੂ। ਮੱਸੂ ਹੁੰਦਾ ਸੀ? ਆਹੋ। ਤੇ ਸਦਾਗਰ। ਸਦਾਗਰ ਨਾਜਰ। ਨਾਜਰ ਹਾਂ। ਆਤਮਾ। ਹਰਨਾਮ। ਗੁਰਨਾਮ। ਇਹ ਤੁਹਾਡੇ ਪਿੰਡ ਦੇ ਸੀ? ਪਿੰਡ ਦੇ ਸੀ ਸਾਡੇ, ਹਰਨਾਮ ਗੁਰਨਾਮ। ਅੱਛਾ ਅੱਛਾ ਹਾਂ। ਤੁਹਾਡਾ ਅਣਜਾਣ ਕਿਹਨਾਂ ਨਾਲ ਸੀ ਸਿੱਖਾਂ ਚੋਂ? ਇਹਨਾਂ ਨਾਲ ਜਿਹੜੇ ਦੱਸੇ ਜਾਣਾ ਮੈਂ, ਇਹਨਾਂ ਨਾਲ ਅਣਜਾਣ ਸੀ। ਇਹਨਾਂ ਨਾਲ ਅਣਜਾਣ ਹੈਗਾ। ਰਿਸ਼ਤੇਦਾਰ ਕਿਹੜੇ ਕਿਹੜੇ ਪਿੰਡਾਂ ਸੀ ਉਸ ਵੇਲੇ ਉੱਥੇ? ਮੋਗੇ ਚ ਨਾਨਕੇ ਸਨ ਮੇਰੇ। ਅੱਛਾ ਅੱਛਾ ਹਾਂਜੀ। ਹੋਰ ਬੁੱਟਰ। ਅੱਛਾ ਅੱਛਾ ਹਾਂਜੀ। ਤੇ ਰਾਮੂ ਵਾਲਾ। ਹਾਂ ਹਾਂ, ਇਹ ਰਿਸ਼ਤੇਦਾਰ ਸੀ ਤੁਹਾਡੇ? ਰਿਸ਼ਤੇਦਾਰ ਹਾਂਜੀ। ਰੌਂਤਾ। ਅੱਛਾ ਅੱਛਾ ਪਿੰਡ ਨਾਂ ਯਾਦ ਆ ਪਰ ਚਲੋ ਕੋਈ ਨੀ। ਹੁਣ ਸਾਨੂੰ ਇਹ ਦੱਸਿਓ, ਹਾਂਜੀ, ਜਦੋਂ ਇਹ ਜਾੜੇ ਪਏ ਨੇ, ਹਾਂਜੀ, ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਫਿਰ ਤੁਸੀਂ ਕਿਵੇਂ ਉੱਥੋਂ ਆਏ ਘਰ ਬਾਰ ਛੱਡ ਕੇ? ਸਾਰੀ ਗੱਲਬਾਤ ਸੁਣਾਓ ਜਿਹੜੀ ਤੁਸੀਂ ਸਟੋਰੀ ਕਹਿੰਦੇ ਸੀ। ਅਰਜਿਆ ਸਾਡਾ ਇੱਕ ਬੰਦਾ ਗਿਆ ਬਾਹਰ ਫੇਰਾ ਮਾਰਨ ਵਾਸਤੇ ਫਸਲ ਨੂੰ, ਕਰੀਮ ਬਖਸ਼, ਬਾਬਾ ਕਰੀਮ ਬਖਸ਼। ਅੱਗੋਂ ਸਿੱਖ ਫਸਲੋਂ ਪੁੱਟਦਾ ਚੋਰੀ, ਉੱਚੀ ਥਾਂ ਬੋਲਦਾ, ਚੋਰੀ ਪੁੱਟਦਾ ਤੇ ਬਾਬੇ ਕਰੀਮ ਬਖਸ਼ ਨੇ ਵੇਖ ਲਿਆ ਫਲਾਣਾ ਸਿੱਖ ਮੇਰੀ ਸਰੋਂ ਪੁੱਟਦਾ। ਸਿੱਖ ਨੇ ਵੇਖ ਲਿਆ ਮੀਆਂ ਆ ਗਿਆ, ਮੀਆਂ ਵੇਖ ਕੇ ਅੱਲਾ ਦੇ ਹੁਕਮਾਂ ਟਲ ਗਿਆ, ਚੱਲ ਪੱਟੀ ਜਾਂਦੇ, ਪੱਟੀ ਜਾਂਦੇ ਸ਼ਰਮਿੰਦਾ ਹੋਊਗਾ। ਉਹ ਜਨਾਬ ਥੋੜੇ ਦਿਨ ਗੁਜ਼ਰੇ, ਅਸੀਂ ਬਣ ਗਏ ਸ਼ਿਕਾਰ ਮੁਸਲਮਾਨ। ਅਸੀਂ ਨਹੀਂ ਬਣੇ, ਮੁਸਲਮਾਨ ਸਾਰੇ ਸ਼ਿਕਾਰ ਬਣ ਗਏ। ਉਹ ਸਿੱਖ ਨੇ ਵਾਂਸ ਦੇ ਉੱਤੇ ਕੱਪੜਾ ਟੰਗਿਆ ਤੇ ਹੋਕਾ ਦਿੰਦਾ ਫਿਰੇ, ਉਹ ਜਿਹੜਾ ਮੁਸਲਮਾਨਾਂ ਵਾਲੀ ਅੱਖ ਚੁੱਕੇ ਹੋਏ ਸੀ, ਅੱਖ ਕਰ ਦਾਂਗੇ ਓਏ। ਉਹਦਾ ਨਾਂ ਸੀ ਘੰਡੀ। ਅੱਛਾ।
ਉਹਦਾ ਵਾਹ ਦੇ ਉੱਤੇ ਕਪੜਾ ਟੰਗਿਆ ਤੇ ਸਾਡੇ ਗਲੀਆਂ ਦੇ ਚ ਹੋਕਾ ਦਿੰਦਾ ਫਿਰ ਓਏ ਈਦ ਵਾਲੇ ਦਿਨ ਗਦਰ ਪੈਂਦਾ ਈਦ ਵਾਲੇ ਦਿਨ ਰੋਜ਼ਿਆਂ ਵਾਲੀ ਈਦ ਅੱਛਾ ਉਹ ਜਿਹੜਾ ਮੁਸਲਮਾਨਾਂ ਦੀ ਅੱਖ ਚੁੱਕ ਕੇ ਵੇਖੇ ਉਹ ਅਸੀਂ ਅੱਖ ਕੱਟ ਦਾਂਗੇ ਓਏ ਸਾਰੇ ਪਿੰਡ ਵਿੱਚ ਹੋਕਾ ਦਿੱਤਾ ਸਾਰੇ ਪਿੰਡ ਵਿੱਚ ਉਹਨਾਂ ਨੇ ਤਿਆਰ ਕਰ ਲਿਆ ਵੀ ਮੁਸਲਮਾਨ ਨੀ ਕੋਈ ਮਾਰ ਦੇਣਾ ਮਾਰਨ ਦੇਣਾ ਆਪਣੇ ਪਿੰਡ ਦਾ ਦੋ ਦੋ ਚਾਰ ਚਾਰ ਸੌ ਬੰਦਾ ਰਲ ਕੇ ਸ਼ਿਕਾਰ ਕਰਦਾ ਸੀ ਮੁਸਲਮਾਨਾਂ ਦਾ ਇੱਕ ਦਿਨ ਸਾਨੂੰ ਸੱਤ ਪਿੰਡ ਮਾਰਨ ਵਾਸਤੇ ਆਏ ਰਲ ਕੇ ਫਿਰ ਜਨਾਬ ਸਾਡੇ ਪਿੰਡ ਨੇ ਤਿਆਰ ਕੀਤਾ ਸੀ ਵੀ ਨਹੀਂ ਮੁਸਲਮਾਨ ਮਾਰ ਦੇਣਾ ਮੁਸਲਮਾਨ ਅੱਗੇ ਸਿੱਖ ਅੱਗੇ ਸਿੱਖਾਂ ਦਾ ਕਰਨ ਵਾਸਤੇ ਮੁਕਾਬਲਾ ਤੁਹਾਡੇ ਪਿੰਡ ਵਾਲੇ ਸਾਡੇ ਪਿੰਡ ਵਾਲੇ ਸਿੱਖ ਵਾਹ ਜੀ ਬੜੇ ਬੰਦੇ ਚੰਗੇ ਸੀ ਬੜੇ ਚੰਗੇ ਸਨ ਤੇ ਮਗਰ ਮੁਸਲਮਾਨ ਹਕੀਕਤ ਜਿਹੜੀ ਹੋਈ ਉਹ ਦੱਸਦੇ ਹਾਂ ਨਹੀਂ ਦੱਸੋ ਦੱਸੋ ਮੇਰੀ ਦਾਦੀ ਜਿੰਦੀ ਸੀ ਮੇਰਾ ਵਾਲਦ ਸਲਾਮ ਕਰਕੇ ਟੁੱਟਿਆ ਸੀ ਦਾਦੀ ਨੂੰ ਅੱਛਾ ਵੇ ਖੜੇ ਮੋੜਨਾ ਕਿ ਨਹੀਂ ਮਗਰ ਮੈਂ ਵੀ ਟੁੱਟ ਪਿਆ ਅੱਛਾ ਮਗਰ ਸਿੱਖੜੀਆਂ ਖਲੋਤੀਆਂ ਸਿੱਖੜੀਆਂ ਦੀਆਂ ਅਸੀਂ ਪਹਿਲੇ ਰੰਡੀਆਂ ਹੋਣਾ ਅਸੀਂ ਮੁਸਲਮਾਨੀਆਂ ਨੂੰ ਪਹਿਲੇ ਰੰਡੀਆਂ ਹੋਣਾ ਸਿੱਖ ਆਖਣ ਸਾਲਿਓ ਇਹ ਤਾਂ ਮੁਸਲਮਾਨਾਂ ਨੂੰ ਮਾਰ ਕੇ ਆਖਣਗੇ ਅਸੀਂ ਲੰਗੀਆਂ ਦੀਆਂ ਧੀਆਂ ਲਿਆਏ ਆ ਅਸੀਂ ਤਾਂ ਲੰਗੀਆਂ ਦੀਆਂ ਧੀਆਂ ਲਿਆਏ ਆ ਉਹ ਤਫਸੀਰ ਨਾਲ ਮੋੜ ਤੇ ਲੜਾਈ ਨੀ ਹੋਈ ਫਿਰ ਸੱਤਾ ਪਿੰਡਾਂ ਨਾਲ ਮੋੜ ਤੇ ਉਹ ਆਖਾਂਗੇ ਅਸੀਂ ਪਹਿਲਾਂ ਮਰਾਂਗੇ ਢਾਈ ਮਹੀਨੇ ਬੈਠੇ ਰਹੇ ਆ ਮਾਲ ਡੰਗਰ ਪੱਠਾ ਪਾੜਾ ਸਭ ਕੁਛ ਕੰਮ ਕਰਦੇ ਰਹੇ ਆ ਢਾਈਆਂ ਮਹੀਨਿਆਂ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਗਿੱਲਾਂ ਦਾ ਇੱਕ ਬੰਦਾ ਸਿੱਖ ਆਇਆ ਸੀ ਗਿੱਲਾਂ ਦਾ ਗਿੱਲ ਚੰਦ ਪਿੰਡ ਸੀ ਅੱਗੇ ਸੁਣੇ ਹੋਣੇ ਉਹਦੇ ਨਾਲ ਰਾਬਤਾ ਕੀਤਾ ਹਜ਼ਾਰ ਰੁਪਈਆ ਦਿੱਤਾ ਰਿਸ਼ਵਤ ਦਾ ਤਾਂ ਕਿ ਸਾਨੂੰ ਮੋਗੇ ਛੱਡ ਕੈਂਪ ਦੇ ਵਿੱਚ ਤੇ ਉਹਨਾਂ ਕੋ ਸਿੱਖਾ ਕੋਲ ਲੁੱਕ ਕੇ ਵੀ ਬਦਲ ਨਾ ਜਾਣ ਅਨੀ ਅਸੀਂ ਇੰਨੀ ਸਾਂਭ ਕੀਤੀ ਆ ਤੇ ਬਦਲ ਨਾ ਜਾਣ ਕਹਿਣ ਵੀ ਅਸੀਂ ਤਾਂ ਇਹਨਾਂ ਨੂੰ ਕੁਛ ਨੀ ਕਹਿਣ ਦਿੱਤਾ ਤੇ ਜਾਂਦੇ ਪਏ ਆ ਜਿੱਥੇ ਪੁਲਿਸ ਆ ਗਈ ਜਾਂ ਮਿਲਟਰੀ ਆ ਗਈ ਉਸ ਵੇਲੇ ਫਿਰ ਜ਼ਾਹਰ ਹੋਏ ਆ ਉੱਥੇ ਚੁੱਪ ਕਰਕੇ ਟੁਰ ਪਏ ਬੱਚੇ ਲੈ ਕੇ ਬੂਹਿਆਂ ਨੂੰ ਬੂਹੇ ਲਾ ਬੂਹਿਆਂ ਨੂੰ ਕੁੰਡੇ ਲਾ ਤੇ ਜਿੰਦਰੇ ਲਾ ਤੇ ਤੇ ਆ ਹਾਂਜੀ ਜਿਸ ਵੇਲੇ ਅਸੀਂ ਟੁਰਨ ਲੱਗੇ ਨਿਕਲਣ ਲੱਗੇ ਆ ਅੱਗੇ ਆ ਗਈ ਨਾ ਬੋਲੀ ਆ ਤੁਸੀਂ ਤੇ ਪਤਾ ਲੱਗ ਗਿਆ ਵੀ ਜਾਂਦੇ ਆ ਜਾਣਾ ਮੈਂ ਮਾਲ ਚਾਰਨ ਜਾਂਦਾ ਪਿਆ ਇੱਕ ਸਿੱਖ ਆਇਆ ਮੇਰੇ ਪਿਓ ਦਾ ਦੋਸਤ ਕੀ ਨਾਂ ਸੀ ਉਹਦਾ ਮੱਸੂ ਵਸਣ ਸੱਦ ਲਓ ਸਮਝ ਲਓ ਮੱਸੂ ਸਾਦੇ ਸੀ ਉਹਨੇ ਨਾਲੇ ਰੋਂਦਾ ਹੁੰਦਾ ਤੇ ਨਾਲੇ ਸੋਟੀ ਮੇਰੇ ਹੱਥੋਂ ਫੜ ਲਈ ਮਾਲ ਟੁਰ ਕੇ ਤੇ ਉਹ ਮਾਲ ਮਗਰ ਮਾਲ ਅਗਾਂ ਲੈ ਗਿਆ ਮਗਰ ਮੇਰਾ ਬਾਪ ਚਲਿਆ ਗਿਆ ਉਹ ਮੈਨੂੰ ਲੈਂਦਾ ਫੜ ਕੇ ਆਪਾਂ ਪਾਕਿਸਤਾਨ ਨੂੰ ਜਾਣਾ ਮੈਂ ਖੂਹ ਵੱਲ ਨੂੰ ਸੁੱਟ ਖੁੱਜਦਾ ਮੈਂ ਖੂਹ ਵੱਲ ਨੂੰ ਖਿੱਚਦਾ ਇਹਨਾਂ ਨੇ ਉਸ ਜਾ ਕੇ ਮਾਰ ਹੀ ਦੇਣਾ ਸਾਨੂੰ ਮੈਨੂੰ ਖੂਹ ਹੀ ਸੁੱਟ ਜਾ ਮੈਨੂੰ ਦਿਲਾਸਾ ਦਿੱਤਾ ਵੀ ਅਸੀਂ ਆਪਾਂ ਇਸ ਜ਼ਰੀਏ ਨਾਲ ਚੱਲੇ ਹਾਂ ਤੇ ਖੈਰੀ ਮੇਰੀ ਅੱਲਾਹ ਤਾਲਾ ਪਹੁੰਚਾਏਗਾ ਤੇ ਮੋਗੇ ਅਸੀਂ ਟੁਰੇ ਉੱਥੋਂ ਤੇ ਆਪਣੇ ਕੀ ਅੱਗੇ ਨਾਮ ਲੈ ਦੋ ਪਿੰਡਾਂ ਦਾ ਗਿੱਲ ਚੰਦ ਆ ਗਿੱਲੀ ਆ ਕੇ ਰਾਤ ਰਹੇ ਫਿਰ ਫਿਰ ਦੂਸਰੇ ਦਿਨ ਮੋਗੇ ਪਹੁੰਚੇ ਆ ਦੋ ਰਾਤਾਂ ਰਹੇ ਦੂਸਰੇ ਮੋਗੇ ਕੈਂਪ ਦੇ ਵਿੱਚ ਤੀਸਰੀ ਵਾਰ ਟੁਰ ਪਏ ਆ ਬਹੁਤ ਵੱਡਾ ਕਾਫਲਾ ਹੈਗਾ ਸੀ ਬਹੁਤ ਹੀ ਵੱਡਾ ਕਾਫਲਾ ਤੇ ਟੁਰ ਕੇ ਆਇਆ ਮੈਨੂੰ ਯਾਦ ਨਹੀਂ ਕਿੰਨੇ ਦਿਨ ਲੱਗੇ ਇੱਕ ਬਹੁਤ ਹਜ਼ਾਰਾਂ ਦੇ ਤਦਾਦ ਨਾਲ ਲੱਖ ਹੀ ਹੋਵੇ ਤੇ ਕੋਈ ਅਚਾਰ ਨਹੀਂ ਸਾਨੂੰ ਪਹੁੰਚੀ ਅਸੀਂ ਇੱਥੇ ਬੈਠੇ ਹਾਂ ਤੇ ਇੱਥੇ ਨੇੜੇ ਕਰਕੇ ਇੱਕ ਘੁਮਿਆਰਾਂ ਦਾ ਘਰ ਹੈਗਾ ਸੀ ਦੋ ਭਰਾ ਸੀ ਘੁਮਿਆਰ ਹਕੀਕਤ ਦੱਸ ਰਿਹਾ ਡੋਗਰਾ ਕੌਮ ਹੈ ਇੱਕ ਡੋਗਰਾ ਉਹ ਨਾਲ ਸੀ ਸਾਡਾ ਅਮਦਾਦੀ ਮਿਲਟਰੀ
ਉਹਨਾਂ ਦੀ ਇੱਕ ਭੈਣ ਹੈਗੀ ਸੀ, ਉਹਦੇ ਹੱਥੀ ਬੱਖੀ ਪੈਂਦਾ ਆਇਆ, ਉਹ ਜਿਹੜੇ ਭਰਾ ਹੈਗੇ ਸੀ ਇਹਨਾਂ ਨੇ ਪੇਸ਼ ਨਹੀਂ ਜਾਣ ਦਿੱਤੀ। ਜਿਸ ਵੇਲੇ ਇਸ਼ਾ ਕੁ ਵੇਲਾ ਹੋਇਆ ਨਾ, ਉਹ ਡੋਗਰਾ ਆਇਆ, ਆਖਿਆ ਸਾਡਾ ਇੱਕੋ ਭਰਾ ਰਹਿੰਦਾ ਸੀ ਫਿਰੋਜ਼ਪੁਰ ਅਤੇ ਪਿੱਛੇ ਮੱਲਵਾਲ ਉੱਥੇ। ਅੱਛਾ, ਉਹਨੇ ਆਖਿਆ ਉਹ ਫਲਾਣਿਆ ਤੁਹਾਰਾ ਬਾਈ ਕਹਾਂ? ਆਂਹਦਾ ਹਾਂਜੀ। ਅਖਾ ਤੁਹਾਰਾ ਬਾਈ ਕਹਾਂ? ਆਂਹਦਾ ਹਾਂਜੀ। ਇੱਕ ਮੁਰਕੀ ਮੂੰਹ 'ਚ ਅਤੇ ਇੱਕ ਹੱਥ ਦੇ ਵਿੱਚ ਉਹ ਡੋਗਰੇ ਨੇ ਫੈਰ ਮਾਰਿਆ, ਮਾਰਤਾ ਘੁਮਿਆਰ, ਜਿਹੜਾ ਜਾਣਾ ਸੀ ਉਹਨੂੰ, ਉਹਨੂੰ ਘੁਮਿਆਰ ਨੂੰ ਫੈਰ ਮਾਰਤਾ, ਮਾਰ ਦਿੱਤਾ, ਮਾਰਤਾ। ਜਿਹੜਾ ਦੂਸਰਾ ਰਹਿ ਗਿਆ ਨਾ, ਜਿਹਨੂੰ ਨਹੀਂ ਮਾਰਿਆ ਫੈਰ, ਬੁਲਾਇਆ ਜਿਹਨੂੰ ਪਹਿਲੇ, ਉਹਨੇ ਭੱਜਣ ਨਹੀਂ ਦਿੱਤਾ, ਉਹਨੇ ਜੱਫਾ ਮਾਰ ਲਿਆ, ਉੱਥੇ ਜੱਫਾ ਮਾਰ ਲਿਆ। ਇਸ ਪਾਸੇ ਟੈਂਕ ਖੜੋਤਾ ਸੀ ਪੱਕੀ ਦੇ ਉੱਤੇ, ਟੈਂਕ ਨੇ ਇੰਝ ਕਰਕੇ ਲੈਟ ਮਾਰੀ, ਦੋਹਰੀ ਲੈਟ। ਸਾਡੇ ਨਾਲ ਫੌਜੀ ਬੰਦੇ ਹੈਗੇ ਸੀ ਸਾਡੇ ਆਪਣੇ, ਉਹ ਆਖਾਂਗੇ ਆਪਾਂ ਨੂੰ ਮਾਰਨ ਲੱਗੇ ਆ, ਅਤੇ ਭੱਜਿਓ ਨਹੀਂ, ਲੰਮਾ ਪਿਆ ਸ਼ਾਇਦ ਕੋਈ ਬਚ ਜੇ, ਭੱਜਿਆ ਨਹੀਂ ਬਚਣਾ। ਲੈਟ ਮਾਰ ਕੇ ਦੋਹਰੀ ਫੈਰੰਗ ਕੱਢੀ, ਫਿਰ ਠੀਕ ਹੈ ਨਾ, ਫੈਰੰਗ ਕੱਢੀ, ਅਸੀਂ ਆਰਾਮ ਨਾਲ ਸਾਹ ਖਿੱਚ ਕੇ ਪੈ ਗਏ ਹਾਂ। ਜਿਸ ਵੇਲੇ ਫੈਰੰਗ ਕੱਢ ਲਈ, ਉਸ ਵੇਲੇ ਤਕਰੀਰ ਕੀਤੀ ਜਿਹੜਾ ਟੈਂਕ ਦੇ ਉੱਤੇ ਬੈਠਾ ਸੀ, ਉਹ ਮੁਸਲਮਾਨੋ ਬਾਈਓ, ਮੈਂ ਵੀ ਤੁਹਾਰਾ ਬਾਈ ਹੂੰ, ਮੈਂ ਮੁਸਲਮਾਨ ਹੂੰ। ਇਹ ਜਿਹੜਾ ਡੋਗਰਾ, ਇਹਦੀ ਵਰਦੀ ਲਵਾਈ ਗਈ ਹੈ, ਇਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਤੀਜਾ ਨਿਕਲੇਗਾ ਕਸੂਰ ਚੱਲ